ਪਤਾ ਹੀ ਹੈ ਫਿਰ ਵੀ ਸਾਡੇ ਮੁਲਾਜ਼ਮ ਸਾਹਿਬਾਨ ਸਾਰੇ ਤੁਹਾਡੇ ਨਾਲ ਹੋਣਗੇ ਅਸੀਂ ਇੱਥੋਂ ਲੈਫਟ ਹੋ ਕੇ ਬੱਚੇ ਨੇ ਐਗਜ਼ਾਟ ਨਹੀਂ ਹੋਣਾ ਸਾਡਾ ਮਕਸਦ ਹੈ ਕਿ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨਾ ਇਸੇ ਟੀਚੇ ਦੇ ਨਾਲ ਇਸੇ ਮੰਤਵ ਦੇ ਨਾਲ ਅਸੀਂ ਇਹ ਖੰਨਾ ਸਾਡੇ ਦਰਮਿਆਨ ਆ ਚੁੱਕੇ ਅਸੀਂ ਨਸ਼ੇ ਵਿਰੁੱਧ ਰੈਲੀ ਆਰਗਨਾਈਜ਼ ਕੀਤੀ ਹੈ ਜਿਹੜੀ ਕਿ ਸਾਰੇ ਸ਼ਹਿਰ ਦੇ ਵਿੱਚੋਂ ਘੁੰਮਦੀ ਹੋਈ ਲੋਕਾਂ ਨੂੰ ਇਸ ਬੇਨਤੀ ਕਰੂੰਗਾ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਨੂੰ ਕਿ ਉਹ ਸਾਨੂੰ ਮੁਖਾਤਿਬ ਹੋਣ ਆਸ਼ੀਰਵਾਦ ਦੇਣ ਖਾਸ ਕਰਕੇ ਜਿਹੜੇ ਸਾਡੇ ਸਕੂਲ ਦੇ ਬੱਚੇ ਅੱਜ ਇੱਥੇ ਆਏ ਨੇ ਪਰ ਇਹ ਸਾਰੇ ਇਸ ਸੁਸਾਇਟੀ ਦੇ ਵਿੱਚ ਵਿਚਰਦੇ ਨੇ ਇੱਥੇ ਇਹ ਜੇ ਸਾਡੇ ਕੋਲ ਆਏ ਨੇ ਜੋ ਸਾਡਾ ਮੈਸੇਜ ਹੈ ਇਹ ਸਾਰੇ ਹੀ ਮੈਂ ਐਕਸਪੈਕਟ ਕਰੂੰਗਾ ਕਿ ਇਹ ਸ਼ੇਅਰ ਕਰਨਗੇ ਜਾ ਕੇ ਆਪਣੇ ਮੁਹੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਸਰ ਦੇਖਿਓ ਪਕੜ ਲਓ ਗੱਡੀਆਂ ਵੀ ਤਾਂ ਵਿੱਚ ਆਉਣਗੀਆਂ ਅੱਜ ਅਸੀਂ ਇੱਥੇ ਸਕੂਲ ਦੇ ਬੱਚੇ ਲੋਕਲ ਸ਼ਹਿਰ ਦੇ ਲੋਕ MCs ਇਹਨਾਂ ਸਾਰਿਆਂ ਨਾਲ ਰਲ ਕੇ ਇੱਕ ਮਾਰਚ ਕੱਢ ਰਹੇ ਹਾਂ ਜਿਹੜਾ ਕਿ ਸ਼ਹਿਰ ਦੇ ਵਿੱਚੋਂ ਵਿੱਚ ਬਾਜ਼ਾਰ ਦੇ ਵਿੱਚੋਂ ਦੀ ਕੱਢਿਆ ਜਾਏਗਾ ਇਹਦੇ ਵਿੱਚ ਅਸੀਂ ਲੋਕਾਂ ਨੂੰ ਨਸ਼ੇ ਦੇ ਖਿਲਾਫ਼ ਜਾਗਰੂਕ ਕਰ ਰਹੇ ਕਿ ਨਸ਼ਾ ਇੱਕ ਚੰਗੀ ਚੀਜ਼ ਨਹੀਂ ਹੈ ਇਹ ਤੋਂ ਦੂਰ ਰਿਹਾ ਜਾਵੇ ਸਕੂਲ ਦੇ ਬੱਚੇ ਸਪੈਸ਼ਲੀ ਨਾਲ ਇਨਵੋਲਵ ਕੀਤੇ ਗਏ ਨੇ ਕਿਉਂਕਿ ਉਹ ਬੱਚੇ ਨੇ ਅਤੇ ਉਹ ਸਪੈਸ਼ਲੀ ਜਦੋਂ ਅਸੀਂ ਉਹਨਾਂ ਨੂੰ ਸੱਦਿਆ ਉਹਨਾਂ ਨੂੰ ਐਜੂਕੇਟ ਕੀਤਾ ਅਤੇ ਉਹ ਜਾ ਕੇ ਬਾਕੀ ਆਪਣੇ ਪੇਰੈਂਟਸ ਨੂੰ ਜਿਹੜੇ ਉਹਨਾਂ ਦੇ ਮੁਹੱਲੇ ਵਾਸੀ ਹੈ ਉਹਨਾਂ ਨੂੰ ਵੀ ਨਾਲ ਐਜੂਕੇਟ ਕਰਕੇ NGOs ਵੀ ਨਾਲ ਅਸੀਂ ਇਨਵੋਲਵ ਕੀਤੀਆਂ ਇਹ ਸ਼ਹਿਰ ਦੇ ਇੱਥੋਂ ਸਟਾਰਟ ਹੋ ਕੇ ਮੇਨ ਬਾਜ਼ਾਰ ਦੇ ਵਿੱਚੋਂ ਇੱਥੋਂ ਬੱਸ ਸਟੈਂਡ ਉੱਥੋਂ ਫਿਰ ਅਸੀਂ ਮੇਨ ਬਾਜ਼ਾਰ ਦੇ ਵਿੱਚੋਂ ਲੈ ਕੇ ਅਤੇ ਗੁਰਦੁਆਰਾ ਸਾਹਿਬ ਉਹਦੇ ਲਾਗੇ ਜਾ ਕੇ ਇਹਨੂੰ ਖਤਮ ਕਰ ਇਸ ਰੈਲੀ ਦਾ ਮਕਸਦ ਕੀ ਸਰ ਇਸ ਰੈਲੀ ਦਾ ਮੇਨ ਮਕਸਦ ਹੈ ਕਿ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਰਨਾ ਦੇਖੋ ਜੀ ਇਹ ਪੂਰੇ ਵੈਸੇ ਤਾਂ ਵਿਸ਼ਵ ਨੂੰ ਹੈ ਸਾਡੇ ਮੁਲਕ ਨੂੰ ਹੈ ਪਰ ਪੰਜਾਬ ਅਤੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ 'ਤੇ ਸੁਣਿਆ ਨਸ਼ੇ ਦੇ ਖਿਲਾਫ਼ ਕਿਉਂਕਿ ਪਿਛਲੇ ਸਮੇਂ ਦੌਰਾਨ ਜਿਹੜਾ ਹੈ ਪੰਜਾਬ ਦੇ ਅੰਦਰ ਨੌਜਵਾਨਾਂ 'ਚ ਖਾਸ ਤੌਰ 'ਤੇ ਜਿਹੜੀ ਨਸ਼ੇ ਦੀ ਲੱਤ ਹੈ ਕਿਸੇ ਵੀ ਅਨਸਰਾਂ ਵੱਲੋਂ ਜਿਹੜੀ ਹੈ ਲਾਈ ਗਈ ਸਾਡੇ ਅੰਦਰ ਜਿਹੜਾ ਹੈ ਨੌਜਵਾਨੀ ਨੂੰ ਖਤਮ ਕੀਤਾ ਗਿਆ ਔਰ ਉਹਨਾਂ ਦੇ ਅੰਦਰ ਜਿਹੜਾ ਨਸ਼ੇ ਦਾ ਕੋੜ ਜਿਹੜਾ ਹੈ
ਸਾਡੇ ਇਹਨੂੰ ਖਤਮ ਕਰਨ ਵਾਸਤੇ ਜਿਹੜਾ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਨਾਲ ਅੱਜ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਜੋ ਇਹ ਸਮਾਗਮ ਉਲੀਕਿਆ ਗਿਆ, ਜਿਸ ਦੇ ਵਿੱਚ ਲਗਭਗ ਸ਼ਹਿਰ ਦੇ ਸਾਰੇ ਸਕੂਲਾਂ ਨੇ ਪਾਰਟੀਸਪੇਟ ਕੀਤਾ ਔਰ ਆਪਣੇ ਸ਼ਹਿਰ ਖੰਨਾ 'ਚ ਇੱਕ ਸੁਨੇਹਾ ਦਿੱਤਾ ਮਿਲ ਕੇ ਕਿ ਵੀ ਜਿਹੜੇ ਵੀ ਆਸ ਪੜੋਸ ਨਸ਼ਾ ਕਰਨ ਵਾਲੇ ਲੋਕ ਨੇ ਵੀ ਉਹ ਪਲੀਜ਼ ਆਪਣੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ, ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਉਹ ਨਸ਼ੇ ਦਾ ਤਿਆਗ ਕਰਨ, ਤਾਂ ਜੋ ਆਪਾਂ ਦਰਿਆ ਦਿਲੀ ਅਤੇ ਚੰਗੀ ਸਿਹਤ ਲਈ ਜਿਹੜਾ ਹੈ ਆਪਾਂ ਜਾਣੇ ਜਾਂਦੇ ਸੀ, ਤਾਂ ਉਹਦੇ ਲਈ ਫਿਰ ਆਪਾਂ ਉਸ ਮੁਕਾਮ 'ਤੇ ਪਹੁੰਚੀਏ, ਉਸ ਸਿਖਰਾਂ 'ਤੇ ਪਹੁੰਚੀਏ ਕਿ ਆਪਾਂ ਨਸ਼ੇ ਦਾ ਤਿਆਗ ਕਰਕੇ ਇੱਕ ਖੁਸ਼ਹਾਲ ਅਤੇ ਅਮਨ ਸ਼ਾਂਤੀ ਵਾਲੇ ਪੰਜਾਬ ਦੀ ਸਿਰਜਣਾ ਕਰੀਏ। ਸੋ ਮੈਂ ਪੁਲਿਸ ਜ਼ਿਲ੍ਹਾ ਖੰਨਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੈ ਇਹ ਸਾਰੇ ਬੰਦੇ ਨੂੰ ਦੱਸਣ ਲਈ ਕੱਢੀ ਗਈ ਹੈ ਕਿ ਨਸ਼ੇ ਬਹੁਤ ਬੁਰੇ, ਨਸ਼ੇ ਕਰਨਾ ਬਹੁਤ ਬੁਰੀ ਗੱਲ ਹੈ ਅਤੇ ਇਹਦੇ ਨਾਲ ਸਾਡੀ ਸਿਹਤ ਖਰਾਬ ਹੁੰਦੀ ਹੈ ਅਤੇ ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਤਾਂ ਨਸ਼ੇ ਬੰਦ ਕਰਨੇ ਪੈਣਗੇ। ਅਸੀਂ ਰੈਗੂਲਰ ਸਾਡੇ ਆਂਢ ਗੁਆਂਢ 'ਚ ਸੁਨੇਹ ਦਿੰਦੇ ਰਹਿਣਗੇ ਕਿ ਨਸ਼ੇ ਬਹੁਤ ਬੁਰੀ ਗੱਲ ਹੈ ਅਤੇ ਇਹ ਸਾਡਾ ਭਵਿੱਖ ਖਰਾਬ ਕਰਦੀ ਹੈ। ਉਸ ਬਾਰੇ ਅਸੀਂ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਸੂਚਨਾ ਦੇਵਾਂਗੇ, ਜਿਵੇਂ ਕਿ ਸਾਡੇ ਮਾਨਯ SSP ਸਾਹਿਬ ਨੇ ਕਿਹਾ ਹੈ ਕਿ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਸੂਚਨਾ ਦੇਵਾਂਗੇ ਕਿ ਉਹ ਉਸ ਨਾਲ ਪੂਰਾ ਇਲਾਜ ਕਰਾਉਣਗੇ। ਸਰ ਇਹ ਅਸੀਂ ਮੈਨੇ ਆਪਾਂ ਡਰੱਗਸ ਵਾਸਤੇ ਕੱਢੀ ਗਈ ਹੈ ਅੱਜ ਤੇ ਯੂਥ ਨੂੰ ਸਮਝਾਉਣ ਵਾਸਤੇ ਕਿ ਡਰੱਗਸ ਸਾਡੇ ਲਈ ਹਾਰਮਫੁਲ ਹੈ, ਉਹ ਸਾਡੇ ਲਈ ਕੀ ਕੀ ਹਾਨੀਕਾਰਕ ਨੇ, ਅਸੀਂ ਉਹਦੇ ਵਾਸਤੇ ਕੱਢੀ। ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਡਰੱਗਸ ਨੂੰ ਖਤਮ ਕਰੋ, ਨਸ਼ਾ ਖਤਮ ਕਰੋ, ਜੋ ਕਿ ਅਸੀਂ ਆਪਣੇ ਪੰਜਾਬ ਨੂੰ ਵਧੀਆ ਖੁਸ਼ਹਾਲ ਪੰਜਾਬ ਬਣਾਈਏ।